तो सानू चुनौतियां तो डर नहीं लगता, असी हमेशा तो चुनौतियां लिए तैयार रहे हैं। कि नशा हैगा असी मन रहे हैं, पर नशा 6 महीने च नहीं आया। नशा जड़ा हैगा उन्हें खत्म करांगे, उन्हें समय जरूर लगेगा। इस तरह है फिर दिन रात पुलिस उत्ते बैठी रहेगी तो ओदा भी हल नहीं है। गल तरीका तो इस तरह ही निकलना कि जो इन्फॉर्मेशन मिलती है उत्थे सर्च ऑपरेशन किया जाता है, बनती कार्रवाई की जाती है। पुलिस का फिक्स एक्शन है कि जी पता है जी मंडे नूं पुलिस ने आना है, ट्यूजडे नूं पुलिस ने आना है, वो इनएक्टिव है। पुलिस बिना दसे एक्शन ले रही है, कदे वो कोई दिन है कदे वो कोई दिन है। तो सानू चुनौतियां तो डर नहीं लगता, असी हमेशा तो चुनौतियां लिए तैयार रहे हैं। तो उन्होंने चुनौतियों का सानू कोई फर्क नहीं पैंदा। सानू एक चीज़ बहुत क्लीयर है कि साड़ी इंटेंशन बहुत क्लीयर है, नीयत नीति साड़ी साफ है। सो उहदा नतीजा चंगा निकलेगा। पिछले दिनों नशा जिहड़ा बहुत उठके अग्गे आ रहा है, मैं देखिया जी वीडियोज़ भी काफ़ी वायरल हो रहे हैं। देखो ए मेरे ख्याल ए मैं जिन्नी बार भी मैं जा रही हूँ, इनफैक्ट चाहे वह विधानसभा हो, विधानसभा नाल रिलेटेड क्वेश्चन मैनू घट किया जाता है, तो यह सवाल ज़्यादा किया जाता है। ये जड़ी एक चीज़ प्लस पॉइंट जरा देखने वाला वो ये कि नशा हैगा असी मन रहे हैं, पर नशा 6 महीने च नहीं आया। ये किन्ने सालों तो चलता आ गया जिथे पहुंचे, बट वो जी चीज़ वेखण वाली है वो ये है कि कोई MLA ਤੁਸੀਂ ਨਹੀਂ ਦੇਖਿਆ ਹੋਏਗਾ ਪੁਰਾਣੀਆਂ ਸਰਕਾਰਾਂ ਦਾ ਕਿ ਜਿਹੜਾ ਐਡਿਕਟਸ ਨੂੰ ਆਪ ਲੈ ਕੇ ਜਾ ਕੇ ਡੀਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਉਂਦਾ ਹੋਏ, ਔਰ ਉੱਥੇ ਪਰਿਵਾਰ ਜਦੋਂ ਜ਼ਿੰਮੇਵਾਰੀ ਲੈਣ ਤੋਂ ਮਨਾ ਕਰ ਦਿੰਦਾ ਹੈ। ਉੱਥੇ CP ਸਾਹਿਬ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਰਿਕੁਐਸਟ ਇੱਕ ਲੇਡੀ ਕਨਸਟੇਬਲ ਸਾਨੂੰ 10 ਦਿਨ ਲਈ ਦਿੱਤੀ ਹੈ, ਔਰ ਉਹ ਮੈਡਮ ਨੇ ਉਸ ਡਰੱਗ ਅਡਿਕਟ ਬੀਬੀ ਦੇ ਕੋਲ ਬੈਠ ਕੇ ਜ਼ਿੰਮੇਵਾਰੀ ਨਿਭਾਈ ਹੈ। ਸੋ ਜਿਹੜੇ ਪਲੱਸ ਪੁਆਇੰਟ ਹੈ ਉਹ ਵੇਖਣੇ ਚਾਹੀਦੇ ਹੈ। ਇਹਦੇ ਵਿੱਚ ਆਮ ਆਦਮੀ ਪਾਰਟੀ ਫਿਰ ਬਹੁਤ ਕਲੀਅਰ ਹੈ ਕਿ ਅਸੀਂ ਨਸ਼ਾ ਜਿਹੜਾ ਹੈਗਾ ਉਹਨੂੰ ਖਤਮ ਕਰਾਂਗੇ, ਉਹਨੂੰ ਸਮਾਂ ਜ਼ਰੂਰ ਲੱਗੇਗਾ। ਸ਼ੁਰੂਆਤ ਇੱਥੋਂ ਹੀ ਹੋਣੀ ਸੀ ਕਿ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਟ੍ਰੀਟਮੈਂਟ ਕਰਾਇਆ ਜਾਏ, ਜਿਹੜੇ ਅਜੇ ਨਸ਼ੇ 'ਤੇ ਨਹੀਂ ਲੱਗੇ ਉਹਨਾਂ ਨੂੰ ਅਵੇਅਰ ਕੀਤਾ ਜਾਏ ਕਿ ਉਹ ਨਸ਼ੇ ਨੂੰ ਲੱਗਣ ਨਾ, ਔਰ ਯੂਥ ਨੂੰ ਇੱਕ ਚੰਗੀ ਡਾਇਰੈਕਸ਼ਨ ਦਿੱਤੀ ਜਾਏ ਜਿਹੜੀ ਕਿ ਆਮ ਆਦਮੀ ਪਾਰਟੀ ਨੇ ਸਟਾਰਟ ਕਰ ਦਿੱਤੀ। ਦੇਖੋ ਉਹਦੇ ਵਿੱਚ ਮੈਂ ਇੱਕ ਚੀਜ਼ ਬਹੁਤ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਇੱਕ ਕਾਲ 'ਤੇ ਪਹਿਲੀ ਤਾਂ ਗੱਲ ਲੋਕ ਡਰਦੇ ਸਾਹਮਣੇ ਨਹੀਂ ਸੀ ਆਉਂਦੇ। ਇੱਥੇ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਕਿ ਹੁਣ ਲੋਕਾਂ ਨੇ ਇੱਕ ਵੱਡਾ ਸਟੈਪ ਲਿਆ, ਇਨੀਸ਼ੀਏਟਿਵ ਲੈਂਦੇ ਨੇ। ਸ਼ਾਮ ਨੂੰ ਸਾਨੂੰ ਆਲਮੋਸਟ ਆਈਡੈਂਟੀਟੀ ਡਿਸਕਲੋਜ਼ ਨਹੀਂ ਮੈਂ ਕਰਨਾ ਚਾਹੁੰਦੀ, ਸ਼ਾਮ ਨੂੰ ਸਾਨੂੰ ਕਾਲਸ ਕਰਕੇ ਡਿਟੇਲ ਦਿੱਤੀ ਜਾਂਦੀ ਹੈ ਕਿ ਮੈਮ ਸਾਨੂੰ ਇੱਥੇ ਇੱਥੇ ਪਤਾ ਹੈ ਕਿ ਨਸ਼ਾ ਵਿਕ ਰਿਹਾ, ਔਰ ਪੁਲਿਸ ਔਰ ਪ੍ਰਸ਼ਾਸਨ ਜਿੰਨਾ ਸਪੋਰਟ ਕਰ ਰਹੇ ਨੇ ਉਸੇ ਟਾਈਮ ਇਨਫੋਰਮੇਸ਼ਨ ਦੇ ਆਧਾਰ 'ਤੇ ਸਰਚ ਆਪਰੇਸ਼ਨਸ ਕੀਤੇ ਜਾਂਦੇ ਨੇ, ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਕਿ ਪ੍ਰੀਵੈਂਟਿਵ ਐਕਸ਼ਨ ਦੇ ਤਹਿਤ ਲੋਕਾਂ ਨੂੰ ਅਰੈਸਟ ਵੀ ਕੀਤਾ ਜਾਂਦਾ ਔਰ ਬਣਦੀ ਕਾਰਵਾਈ ਵੀ ਕੀਤੀ ਜਾਂਦੀ। ਬਿਲਕੁਲ ਕੰਟਰੋਲ ਹੋਏਗਾ ਜੀ, ਬਿਲਕੁਲ ਕੰਟਰੋਲ ਕੰਟਰੋਲ ਇਸ ਤਰ੍ਹਾਂ ਹੈ ਫਿਰ ਦਿਨ ਰਾਤ ਪੁਲਿਸ ਉੱਤੇ ਬੈਠੀ ਰਹੇਗੀ ਤੇ ਉਹਦਾ ਵੀ ਹੱਲ ਨਹੀਂ ਹੈ। ਗੱਲ ਤਰੀਕਾ ਤੇ ਇਸ ਤਰ੍ਹਾਂ ਹੀ ਨਿਕਲਣਾ ਕਿ ਜਦੋਂ ਇਨਫੋਰਮੇਸ਼ਨ ਮਿਲਦੀ ਹੈ ਉੱਥੇ ਸਰਚ ਆਪਰੇਸ਼ਨ ਕੀਤਾ ਜਾਂਦਾ ਹੈ, ਬਣਦੀ ਕਾਰਵਾਈ ਕੀਤੀ ਜਾਂਦੀ, ਔਰ ਹੁਣ ਉਹ ਬਹੁਤ ਫ੍ਰੀਕੁਐਂਟ ਹੋ ਗਏ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਤਾਂ ਹੈ ਜੇ ਪੁਲਿਸ ਦਾ ਫਿਕਸ ਐਕਸ਼ਨ ਹੈ ਕਿ ਜੀ ਪਤਾ ਹੈ ਜੀ ਮੰਡੇ ਨੂੰ ਪੁਲਿਸ ਨੇ ਆਉਣਾ ਹੈ, ਟਿਊਜ਼ਡੇ ਨੂੰ ਪੁਲਿਸ ਨੇ ਆਉਣਾ, ਉਹ ਇਨਐਕਟਿਵ ਹੈ। ਪੁਲਿਸ ਬਿਨਾਂ ਦੱਸੇ ਐਕਸ਼ਨ ਲੈ ਰਹੀ ਹੈ, ਕਦੇ ਉਹ ਕੋਈ ਦਿਨ ਹੈ ਕਦੇ ਉਹ ਕੋਈ ਦਿਨ ਹੈ। ਸੋ ਵੀ ਆਰ ਸ਼ੋਰ ਕਿ ਉਹਦਾ ਰਿਜ਼ਲਟ ਚੰਗਾ ਨਿਕਲੇਗਾ।